ਜੇ ਅਕਾਲੀ ਦਲ ਦੇ ਪ੍ਰਤੀ ਕੋਈ ਬੋਲਦਾ ਹੈ ਤੇ ਜੇ ਅਕਾਲੀ ਦਲ ਦੇ ਕਿਸੇ ਆਗੂ ਦੇ ਪ੍ਰਤੀ ਬੋਲਦਾ ਹੈ ਤੇ ਫਿਰ ਲਿਹਾਜ਼ ਬਣ ਕੋਈ ਲਿਹਾਜ਼ ਨਹੀਂ। ਫਿਰ ਅਸੀਂ ਜਾਣੀਏ ਪਾਕਿਸਤਾਨ ਦੇ ਮੁਕੰਮੇ ਛਿੱਤਰ ਫਿਰ ਅਗੇ ਨਹੀਂ ਆਪਣੀ ਰਾਜਨੀਤਿਕ ਮੁੱਦਿਆਂ ਦੀ ਗੱਲ ਜੇ ਸਾਡੀ ਪੱਗ ਨੂੰ ਹੱਥ ਪਾਉਣ ਕੇ ਸਾਡੇ ਰੁੱਧ ਬੋਲਣ ਕੇ ਪੁੱਛਾ ਸਿੱਧੀ ਗੱਲ ਕਰਕੇ ਫਿਰ ਵੀ ਉਹ ਲਿਹਾਜ਼ ਕੋਈ ਜਿਹਦੇ ਪਿੰਡ ਚ ਜਿਹਨੇ ਲਿਹਾਜ਼ ਕੀਤਾ ਉੱਥੇ ਬੋਲ ਗਿਆ ਤੇ ਸਾਡੇ ਉਹਨੂੰ ਦੇ ਭਲੇ ਕਰ ਜਿਹਦੇ ਪਿੰਡ ਜਾਣ ਕੇ ਬਾਅਦ ਦੇ ਮੁੱਲ ਬੋਲਦੇ ਕੋਈ ਆਵਾ ਤਾਵਾ ਬੋਲਦੇ ਪਾਣੀ ਦੀ ਸ਼ਾਨ ਦੇ ਖਿਲਾਫ ਗੱਲ ਕਰਦੇ ਨੀਤੀਆਂ ਦੇ ਗੱਲ ਕਰੇ ਮੁੱਦਿਆਂ ਦੇ ਗੱਲ ਕਰੇ ਜਰਾ ਕੀ ਪਰ ਸ਼ਾਨ ਦੇ ਖਿਲਾਫ ਬਰਦਾਸ਼ਤ ਨਹੀਂ ਕਰਾਂਗੇ। ਇਹ ਰਾਜਨੀਤੀ ਬਾਹਰ ਜਾ ਸਭ ਤੋਂ ਪਹਿਲਾਂ ਕਣਕ ਗੈਰਤ ਇੱਜ਼ਤ ਤੇ ਪੱਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਛਾਣ ਹੈ ਪੰਜਾਬ ਦੀ ਸਰਦਾਰੀ ਦੀ ਪਛਾਣ ਹੈ ਪੰਜਾਬੀਆਂ ਦੀ ਪਛਾਣ ਹੈ ਉਹਨੂੰ ਕਦੀ ਹੱਥ ਨਹੀਂ ਲਾਉਣ ਦਿਓਗੇ ਫਿਰ ਭਾਵੇਂ ਮਰਜ਼ੀ ਕਰੇ। ਪਰ ਮੇਰੀ ਹੱਥ ਬਣ ਕੇ ਜਿਹੜਾ ਸਾਡੇ ਐਸ ਸੀ ਨਿਕਲਿਆ